ਵੀਡੀਓ ਮੁਕੰਮਲ ਦੇਖ ਲਿਆ ਕਰੋ ਲੋਕੇਸ਼ਨ ਪਾਣੀ ਡਿਮਾਂਡ ਵਟਸਐਪ ਨੰਬਰ ਕਾਲ ਨੰਬਰ ਥੱਲੇ ਪਾਣੀ ਕੋੜਾ ਮਿੱਠਾ ਨਾਰਮਲ ਗੈਰਬਾਦ ਹਰ ਚੀਜ਼ ਮੁਕੰਮਲ A ਟੂ Z ਲੋਕੇ ਆਪਣਾ ਤਫਸੀਲ ਮੌਜੂਦ ਹੁੰਦੀ ਦੋਸਤੋ ਇਸ ਲਈ ਵੀਡੀਓ ਮੁਕੰਮਲ ਵੇਖ ਲਿਆ ਕਰੋ ਤਾਂ ਕਿ ਤੁਹਾਡਾ ਟਾਈਮ ਬਚ ਜਾਵੇ ਬਿਸਮਿਲ্লাহਿਰ ਰਹਿਮਾਨਿਰ ਰਹੀਮ ਪਾਕਿਸਤਾਨ ਤੇ ਦੁਨੀਆ ਭਰ ਚ ਵੇਖਣ ਵਾਲਿਆਂ ਤੇ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਅਸਲਾਮੁਅਲੈਕੁਮ ਤੁਸੀਂ ਵੇਖ ਰਹੇ ਹੋ ਫੇਸਬੁਕ ਪੇਜ YouTube ਚੈਨਲ ਪੰਜਾਬ ਜ਼ਮੀਨ ਆਨਲਾਈਨ ਤੇ ਮੈਂ ਆ ਤੁਹਾਡਾ ਦੋਸਤ ਮੁਹੰਮਦ ਇਮਰਾਨ ਖਾਨ ਇਮਰਾਨ ਖਾਨ ਤਹਿਸੀਲ ਹਰੂਨਾਬਾਦ ਜ਼ਿਲ੍ਹਾ ਬਹਾਵਲ ਨਗਰ ਦੋਸਤੋ ਹਰੂਨਾਬਾਦ ਮੇਰਾ ਸ਼ਹਿਰ ਹੈ ਤੇ ਪਿੰਡ ਮੇਰਾ 64 ਆਰ ਹੈ ਡਾਰਮ ਵਾਲੇ ਰੋਡ ਤੇ ਤੇ ਅਲਹਮਦੁਲਿਲਾ ਸੀ ਪਿੰਡੂ ਲੋਕ ਆ ਤੇ ਇੱਕ ਦੋਸਤ ਨੇ ਕਿਹਾ ਸੀ ਪੰਜਾਬ ਚ ਰਹਿਣਾ ਤਾਂ ਪੰਜਾਬ ਚ ਪੰਜਾਬੀ ਚ ਵੀਡੀਓ ਕਰਿਆ ਕਰ ਤੇ ਮੈਂ ਸਿਰਫ ਜਿਹੜੇ ਸਾਡੇ ਓਵਰਸੀਜ਼ ਪਾਕਿਸਤਾਨੀ ਦੋਸਤ ਨੇ ਨਾ ਤੇ ਯਾ ਵੱਡੇ ਸ਼ਹਿਰਾਂ ਚ ਜ਼ਿਆਦਾਤਰ ਉਰਦੂ ਬੋਲਦੇ ਨੇ ਉਹਨਾਂ ਵਾਸਤੇ ਉਰਦੂ ਚ ਵੀਡੀਓ ਕਰਦਾ ਸੀ ਲੇਕਿਨ ਹੁਣ ਅਸੀਂ ਆਣ ਕੇ ਪੰਜਾਬੀ ਚ ਵੀਡੀਓ ਸ਼ੁਰੂ ਕਰਤੀਆਂ ਵਾਪਸ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ YouTube ਚੈਨਲ ਪੰਜਾਬ ਜ਼ਮੀਨ ਆਨਲਾਈਨ ਤੇ ਮੈਂ ਆ ਤੁਹਾਡਾ ਦੋਸਤ محمد عمران ਖਾਨ ਵੀਡੀਓ ਮੁਕੰਮਲ ਦੇਖ ਲਿਆ ਕਰੋ ਦੋਸਤੋ ਕਿਉਂਕਿ ਹੁਣ ਤਾਂ ਵਾੜੀਆਂ ਪੈ ਗਈਆਂ ਨੇ ਤੇ ਇਸ ਵਾਸਤੇ ਇੱਕ ਜਗ੍ਹਾ ਤੇ ਖੜੋ ਕੇ ਵੀਡੀਓ ਬਣਾ ਰਹੇ ਹਾਂ ਕਿਉਂਕਿ ਅਗਰ ਜਾਈਏ ਇੱਕੋ ਵਾਂ ਸਾਰਾ ਇੱਕੋ ਜਿਹਾ ਇਸ ਵਾਸਤੇ ਨਾ ਵੀਡੀਓ ਜਗ੍ਹਾ ਤੇ ਖੜੋ ਕੇ ਬਣਾਈ ਦੀ ਜਦੋਂ ਫਸਲ ਹੋਵੇਗੀ ਇਨਸ਼ਾਅੱਲਾ ਸਾਰੇ ਦੋਸਤਾਂ ਦੀ ਖਾਹਿਸ਼ ਤੇ ਮੁਤਾਬਿਕ ਨਾ ਮੁਕੰਮਲ ਵਿਜ਼ਿਟ ਕਰਾਇਆ ਕਰਾਂਗੇ ਤੇ ਦੋਸਤੋ ਜਿਹੜੇ ਦੋਸਤ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰਨ ਕਿ ਸਾਡੀ ਜਿਹੜੀ ਵੀ ਵੀਡੀਓ ਤੁਹਾਡੇ ਤੱਕ ਆਵੇ ਵਲੌਗ ਆਵੇ ਅਪਡੇਟ ਆਵੇ ਸਭ ਤੋਂ ਪਹਿਲੇ ਤੁਹਾਡੇ ਦੋਸਤਾਂ ਤੱਕ ਪਹੁੰਚੇ ਕਿਉਂਕਿ ਬੈਲ ਆਈਕਨ ਆਲਤੇ ਹੋਵੇਗੀ ਘੰਟੀ ਆਲਤੇ ਹੋਵੇਗੀ ਤੇ ਤੁਹਾਨੂੰ ਹਰ ਨੋਟੀਫਿਕੇਸ਼ਨ ਫੋਰੀਓ ਸਟੇਮ ਮਿਲੇਗਾ ਤੇ ਇਸੇ ਸਾਡੀ ਕੋਸ਼ਿਸ਼ ਹੁੰਦੀ ਕਿ ਦੁਪਹਿਰ 2 ਵਜੇ ਸਭ ਦੋਸਤ ਫ੍ਰੀ ਹੁੰਦੇ ਨੇ ਉਸ ਟਾਈਮ ਵੀਡੀਓ ਅਪਲੋਡ ਕਰਦੇ ਕਦੇ ਕਦੇ ਅੱਗੇ ਪਿੱਛੇ ਵੀ ਟਾਈਮ ਹੋ ਜਾਂਦਾ ਸਿਰਫ ਮਸਰੂਫੀ ਆਦੀ وجہ ਤੋਂ ਨਾ ਤੇ ਦੋਸਤੋ ਮੈਂ ਤੁਹਾਡੀ ਖidmat ਵਿੱਚ ਹਾਜ਼ਰ ਹਾਂ 17 ਕਿल्ले ਇਹ ਕਿੱਲੇ ਤੇ ਇੱਕੜਾਂ 'ਚ ਬੜਾ ਫਰਕ ਆ ਜਾਂਦਾ ਹੈ 17 ਕਿੱਲੇ ਨੇ ਦੋਸਤੋ ਤੇ ਜਿੰਦਾ ਮੈਂ ਤੁਹਾਨੂੰ ਲੋਕੇਸ਼ਨ ਦੱਸਾਂਗਾ ਪਹਿਲੇ ਇਹ ਲੋਕੇਸ਼ਨ ਤਸੀਲ ਅਰੁਨਾਬਾਦ ਦੇ ਵਿੱਚ ਤੇ ਜ਼ਿਲ੍ਹਾ ਬਾਵਲਨਗਰ ਦੇ ਵਿੱਚ ਰਕਬਾ ਮੌਜੂਦ ਹੈ ਦੋਸਤੋ ਤੇ ਹਰੁਨਾਬਾਦ ਤੋਂ ਲਿੰਕ ਰੋਡ ਨਿਕਲਦਾ ਹੈ तकरीबन ਕੋਈ 15 ਕਿਲੋਮੀਟਰ ਅੱਗੇ ਜਾ ਕੇ ਨਾ ਇਹ ਰਕਬਾ ਆਂਦਾ ਹੈ ਤੇ ਰਕਬਾ ਥੋੜਾ ਜਿਹਾ ਇੱਕ ਸਾਈਡ ਨੀਵੀਂ ਇੱਕ ਸਾਈਡ ਉੱਚੀ ਹੈ ਕੋਈ ਥੋੜੇ ਜਿਹਾ ਵਿੱਚ ਬੰਨ ਵੀ ਲੱਗੇ ਹੋਏ ਨੇ ਨਾਲ-ਨਾਲ ਮਿੱਟੀਆਂ ਕੱਢੀਆਂ ਹੋਈਆਂ ਨੇ ਤੇ ਇਸ ਵਾਸਤੇ ਤੁਹਾਨੂੰ ਮੁਕੰਮਲ ਵੀਡੀਓ ਤਾਂ ਬੰਦ ਤੋਂ ਨਜ਼ਰ ਆ ਰਹੇ ਦੋਸਤੋ ਬੰਦ ਨਜ਼ਰ ਆ ਰਹੇ ਨੇ ਤੇ ਇਹ ਤਕਰੀਬਨ ਨਵਾਂ ਰਕਬਾ ਬਾਤ ਕੀਤਾ ਹੁਣ ਤਾਂ ਨਹੀਂ ਕੀਤਾ ਖੈਰ ਕੋਈ 10 15 ਸਾਲਾਂ ਤੋਂ ਜ਼ਿਆਦਾ ਬਾਦ ਹੈ ਤੇ ਦੋਸਤੋ ਇਹ ਰਕਬਾ ਜਿਹੜਾ ਹਰੂਨਾਬਾਦ ਦੇ ਵਿੱਚ ਮੌਜੂਦ ਹੈ ਦੋਸਤੋ ਤੇ ਬਾਕੀ ਇਨਸ਼ਾਅੱਲਾ ਜਿਹੜਾ ਰਕਬਾ ਬਾਰਡਰ 'ਚ ਹੋਵੇਗਾ ਬਾਰਡਰ 'ਚ ਦੱਸਾਂਗੇ ਤੇ ਜਿਹੜਾ ਬਾਰਡਰ ਤੋਂ ਦੂਰ ਹੋਵੇਗਾ ਬਾਹਰ ਹੋਵੇਗਾ ਉਹਦਾ ਜ਼ਿਕਰ ਹੀ ਨਹੀਂ ਕਰਾਂਗੇ ਰਿਕਾਰਡ ਤਾਂ ਤਕਰੀਬਨ ਸਾਰੇ ਕੰਪਿਊਟਰ ਸਾਡੇ ਜ਼ਿਲ੍ਹੇ ਦਾ ਤੇ ਇਸ ਵਾਸਤੇ ਦੋਸਤੋ ਇਹਦਾ ਸਾਲਾਨਾ ਪਾਣੀ ਹੈ ਤੇ ਪਾਣੀ ਫੀ ਕਿੱਲੇ ਦਾ 22 ਮਿੰਟ ਹੈ ਥੱਲੇ ਦਾ ਪਾਣੀ ਨਾਰਮਲ ਹੈ ਉਹ ਸਾਹਮਣੇ ਟੂਵਲ ਲੱਗਿਆ ਹੈ ਲੇਕਿਨ ਬਸ ਮਿਲਾ ਕੇ ਲਾਉਂਦੇ ਨੇ ਮਿਕਸ ਕਰਕੇ ਨਹਿਰੀ ਪਾਣੀ ਚ ਲਾਉਂਦੇ ਨੇ ਲੇਕਿਨ ਕੱਲਾ ਨਹੀਂ ਲਾਉਂਦੇ ਨੇ ਕਿਉਂਕਿ ਐਡਾ ਮਿੱਠਾ ਪਾਣੀ ਨਹੀਂ ਹੈ ਤੇ ਅਗਰ ਕੋ ਤਾਂ ਮੈਂ ਤੁਹਾਨੂੰ ਇਹ ਟੂਵਲ ਇੱਥੋਂ ਦਿਖਾ ਦਿੰਨਾ ਇਹ ਇਹ ਵੇਖੋ ਇਹ ਟੂਵਲ ਲੱਗਿਆ ਵਿੱਚ ਪੀਟਰ ਵਾਲਾ ਟੂਵਲ ਲੱਗਿਆ ਤੇ ਦੋਸਤੋ ਇਹ ਰਕਬਾ ਬਾਰਡਰ ਏਰੀਆ ਚ ਮੌਜੂਦ ਹੈ ਤੇ ਕਿਉਂਕਿ ਜ਼ੀਰੋ ਲਾਈਨ ਤਾਂ ਬਹੁਤ ਦੂਰ ਹੈ ਲੇਕਿਨ ਫਿਰ ਵੀ ਬਾਰਡਰ ਬੈਲਟ ਚ ਆ ਜਾਂਦਾ ਹੈ ਦੇ ਐਸੋ ਵਾਸਤੇ ਤੁਹਾਨੂੰ ਜਿਹੜਾ ਅਸ਼ਲ ਬਾਰਡਰ ਚ ਰਕਬਾ ਹੋਵੇ ਕਿ ਬਾਰਡਰ ਚ ਦਿਖਾ ਦੱਸਾਂਗੇ ਤੇ ਜਿਹੜਾ ਵੀ ਦੋਸਤ ਆਵੇ ਮੌਕੇ ਤੇ ਵੇਖ ਕੇ ਫਿਰ ਇਹ ਨਾ ਕਹਿ ਕੇ ਯਾਰ ਸਾਨੂੰ ਗਲਤ ਇਨਫਾਰਮੇਸ਼ਨ ਦਿੱਤੀ ਹੈ ਤੇ ਜ਼ਿਆਦਾਤਰ ਦੋਸਤ ਕਹਿੰਦੇ ਨੇ ਕਿ ਤੁਸੀਂ ਲੋਕਾਂ ਦੇ ਵੀਡੀਓ ਬਣਾਉਂਦੇ ਨੇ ਤੁਸੀਂ ਡਿਮਾਂਡ ਜ਼ਿਆਦਾ ਦੱਸਦੇ ਨੇ ਭਾਈ ਮਾਲਕਾਂ ਦੀ ਡਿਮਾਂਡ ਉਹਦੀ ਸਾਡੀ ਨਹੀਂ ਹੁੰਦੀ ਯਾਰਾਂ ਨੂੰ ਦੋਸਤਾਂ ਨੂੰ ਜਮਾ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਘੰਟੀ ਦਬਾਓ ਕਿ ਸਟੂਲ ਨਮਕ ਕਿ ਜਮਾ ਵੀਡੀਓ ਤਾਸ਼ ਤੋਰ ਸੀ ਜੀ ਦੋਸਤੋ ਇਹ ਵੀਡੀਓ ਵੱਡੀ ਹੋ ਰਹੀ ਹੈ ਲੰਬੀ ਹੋ ਰਹੀ ਹੈ ਡਿਮਾਂਡ ਦੀ ਅਗਰ ਇਹਦੀ ਗੱਲ ਕੀਤੀ ਜਾਏ ਦੋਸਤੋ ਤੇ ਇਹਦੀ ਡਿਮਾਂਡ ਹੈ ਜੀ 23 ਲੱਖ ਰੁਪਏ ਫੀ ਕਿੱਲੇ ਦਾ 23 ਲੱਖ ਰੁਪਏ ਫੀ ਕਿੱਲੇ ਦੀ ਡਿਮਾਂਡ ਹੈ ਜਿਹੜਾ ਮਾਲਕ ਡਿਮਾਂਡ ਦੱਸੇਗਾ ਇਨਸ਼ਾਅੱਲਾ ਅਸੀਂ ਉਹੀ ਦੱਸਾਂਗੇ ਵੱਧ ਆਪਣੇ ਕੋਲੋਂ ਨਹੀਂ ਦੱਸਾਂਗੇ ਵੀਡੀਓ ਅਗਰ ਚੰਗੀ ਲੱਗੇ ਨਾ ਵੀ ਚੰਗੀ ਲੱਗੇ ਤਾਂ ਮਿਹਰਬਾਨੀ ਲਾਈਕ ਕਰ ਦਿਓ ਕੋਈ ਚੰਗੇ ਜਿਹੇ ਕਮੈਂਟ ਕਰੋ ਤਾਂ ਕਿ ਸਾਨੂੰ ਵੀ ਹੌਸਲਾ ਫਜ਼ਾਈ ਹੋਵੇ ਅੱਲਾ ਦੇ ਹਵਾਲੇ ਫੀ ਇਮਾਨਿਲਾ ਅੱਲਾ ਹਫਿਜ਼